ਕਿਰਤੀ 13 ਸਵਾ ਲੱਖ ਦੇ ਬਰਾਬਰ ਆ ਫਤੇ ਵੀ ਸਵਾ ਲੱਖ ਦੇ ਅੰਗੂ ਗਲਾਓ ਜਿਨ੍ਹਾਂ ਦੀ ਮੈਦਾਨ ਚ ਜਿਨ੍ਹਾਂ ਦੀ ਜ਼ਬਾਨ ਤੇ ਫਤੇ ਉਹਨਾਂ ਦੀ ਹਰ ਮੈਦਾਨ ਚ ਫਤੇ ਉਹ ਰਪਿਆ ਡਾਇਆ ਪ੍ਰਾਪਤੀ ਚੜੋ ਕੁਝ ਪਰਸੈਂਟ ਅਸੀਂ ਮੰਨ ਲੈਂਦੇ ਆ ਸਾਡੀ ਹੋਈ ਆ ਸਾਡੀ ਪ੍ਰਾਪਤੀ ਕੀ ਹੋਈ ਸਾਡਾ ਭਰਾ ਦੀਪ ਸਿੱਧੂ ਆਇਆ ਸਾਡਾ ਖੂਨ ਜਿਹੜਾ ਚੰਟਾ ਸੀ ਉਹਨੇ ਥੋੜਾ ਜਿਹਾ ਲਾਲ ਕਰਤਾ ਅਸੀਂ ਸਾਰੇ ਕਿਤੇ ਗਏ ਆ ਪਰ ਜਿਹੜੀ ਇਹ ਸਟੇਜ ਆ ਨਾ ਇਹ ਅਸੀਂ ਫੀਲ ਕਰਦੇ ਆ ਸਾਡੀ ਆਜ਼ਾਦੀ ਦੀ ਸਟੇਜ ਹੈ ਅਸੀਂ ਇੱਥੇ ਖੜ ਕੇ ੜ ਕੇ ਕੌਮ ਦੀਆਂ ਗੱਲਾਂ ਕਰ ਸਕਦੇ ਆ ਸਾਨੂੰ ਅੱਜ ਤੱਕ ਕੋਈ ਸਟੇਜ ਹੀ ਨਹੀਂ ਮਿਲੀ ਸੀ ਕੌਮ ਦੀਆਂ ਗੱਲਾਂ ਕਰਨ ਦੀ ਜੇ ਉਹ ਸ਼ਹੀਦਾਂ ਦੇ ਖੂਨ ਤੇ ਅੱਜ ਵੀ ਤੁਸੀਂ ਬਾਹਰ ਬੈਠੇ ਪੰਡਾਲ ਚ ਆਓ ਜੀ ਢਾ ਕੱਢ ਲੀਏ ਲੰਗਰ ਛਕ ਲੀਏ ਤੇ ਚੱਦੀਏ ਘਰਾਂ ਨੂੰ ਇਹ ਮਸਲੇ ਦਾ ਹੱਲ ਨਹੀਂ ਪਤਾ ਲੱchnਾ ਚਾਹੀਦਾ ਹੈ ਜੇ ਸਾਨੂੰ ਪਹਿਲੇ ਪਾਸ਼ਾ ਨੇ ਲਗਰ ਸਨੋਕਸ ਖੋ ਚਲਾਉਣੇ ਦੱਸਿਆ ਤਾਂ ਦਸਾਂ ਪਾਸ਼ਾ ਨੇ ਸਾਨੂੰ ਤੇਗਾ ਚਲਾਉਣੀਆਂ ਦੱਸਿਆ ਇਤਿਹਾਸ ਨਾ ਭੁੱਲਿਆ ਕਰੀਂ ਪਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਜੁੜੀ ਸਾਧ ਸੰਗਤ ਜੀ ਔ ਗੱਜ ਵੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਦੀ ਫਤਿਹ ਢਲੀ ਉਹਨਾਂ ਨੇ ਮੈਦਾਨ ਕੀ ਫਤਿਹ ਕਰਨਿਆ ਗਿਣਤੀ 1 ਦੀ ਸਵਾ ਲੱਖ ਦੇ ਬਰਾਬਰ ਆ ਫਤਿਹ ਵੀ ਸਵਾ ਲੱਖ ਦੇ ਆਂਗੂ ਬਲਾਓ ਜਿਨ੍ਹਾਂ ਦੀ ਮੈਦਾਨ ਚ ਜਿਨ੍ਹਾਂ ਦੀ ਜ਼ਬਾਨ ਤੇ ਫਤਿਹ ਉਹਨਾਂ ਦੀ ਹਰ ਮੈਦਾਨ ਚ ਫਤਿਹ ਔ ਗੱਜ ਵੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਇਕੱਠੇ ਹੋਇਆ ਕੱਠੇ ਆਉਣ ਦਾ ਮਸਕਤ ਕੀ ਆ ਆਏ ਕਿਉਂ ਆ ਕਰਨਾ ਕੀ ਆ ਪ੍ਰਾਪਤੀਆਂ ਕੀ ਕਰਨੀਆਂ ਨੇ ਸਾਡੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਜੋ ਲੰਬੇ ਅਰਜੇ ਤੋਂ ਜੇਲ੍ਹ ਚ ਨੇ ਉਹਨਾਂ ਦਾ ਮਨਸੂਬਾ ਕੀ ਸੀ ਉਹ ਵੀ ਆਜ਼ਾਦ ਮੁਲਕ ਦੇ ਵਿੱਚ ਆਜ਼ਾਦੀ ਦੀ ਜ਼ਿੰਦਗੀ ਕੱਟ ਰਹੇ ਸੀ ਪੁਲਿਸ ਵਾਲੀਆਂ ਨੌਕਰੀ ਸੀ ਕਿਲਿਆਂ ਦੇ ਮਾਲਕ ਸੀ ਕਿੰਨੇ ਕਿਲੇ ਸੀ ਉਹਨਾਂ ਨੂੰ ਕੀ ਲੋੜ ਸੀ ਉਹਨਾਂ ਨੂੰ ਕੀ ਲੋੜ ਸੀ ਬਿਆਨ ਤੇ ਬੁੱਚੜਰ ਗਿਆ ਨੂੰ ਗੱਡੀ ਚਾੜਨ ਦੀ ਉਹਨਾਂ ਨੂੰ ਕੀ ਲੋੜ ਸੀ ਇਹ ਜ਼ੁਲਮ ਦੀਆਂ ਜੜਾਂ ਹਲਾਉਣ ਦੀ ਤੇ ਅੱਜ ਦੀ ਜਵਾਨੀ ਨੂੰ ਜੇ ਕਈਏ ਆਓ ਮੋਰਚੇ ਤੇ ਚੱਲਿਏ ਯਾਰ ਪਰਚੇ ਹੋ ਜਾਣਗੇ ਡਾਂਗ ਵਰਦੀ ਐ ਪਰਚੇ ਮਰਦਾਂ ਤੇ ਹੁੰਦੇ ਨੇ ਪਰਚੇ ਲੜਨ ਵਾਲੀਆਂ ਕੌਮਾਂ ਤੇ ਹੁੰਦੇ ਨੇ ਪਰਚੇ ਨਸਲ ਬਚਾਉਣ ਵਾਲੇ ਨੌਜਵਾਨਾਂ ਤੇ ਹੁੰਦੇ ਨੇ ਪਰਚੇ ਉਹ ਨੌਜਵਾਨਾਂ ਤੇ ਹੁੰਦੇ ਨੇ ਜੋ ਆਪਦੇ ਅਰਗੇ ਨੌਜਵਾਨਾਂ ਨੂੰ ਹੱਕ ਸੱਚ ਤੇ ਲੜਨਾ ਸਿਖਾਉਂਦੇ ਨੇ ਡਰਾਵੇ ਦਿੰਦੀ ਆ ਸਰਕਾਰ ਅਸੀਂ ਬੜਾ ਕੁਝ ਕਰਦੇ ਆ ਅਸੀਂ ਕੱਲੇ ਇੱਥੇ ਵੀ ਲੰਗਰ ਲਾਇਆ ਹੋਇਆ ਪਿੰਡ ਕੋਤਵੇ ਵੱਲੋਂ ਆਏ ਆ ਅਸੀਂ 35000 ਸਿੰਘ ਸ਼ਹੀਦ ਆ ਸਾਡੇ ਪਿੰਡ ਪੂਰੀ ਕਿਰਪਾ ਸ਼ਹੀਦਾਂ ਦੀ ਸ਼ਹੀਦਾਂ ਦੀ ਧਰਤੀ ਤੋਂ ਪਹੁੰਚਿਆ ਖੂਨ ਚ ਵੀ ਸ਼ਹੀਦਾਂ ਦਾ ਖੂਨ ਹੈ ਜੇ ਉਹ ਸ਼ਹੀਦਾਂ ਦੇ ਖੂਨ ਤੇ ਅੱਜ ਵੀ ਤੁਸੀਂ ਬਾਹਰ ਬੈਠੇ ਪੰਡਾਲ ਚਾਓ ਜੀ ਢੇੜਾ ਕੱਢ ਲੀਏ ਲੰਗਰ ਛਕ ਲੀਏ ਤੇ ਚੰਦੀਏ ਘਰਾਂ ਨੂੰ ਇਹ ਮਸਲੇ ਦਾ ਹੱਲ ਨਹੀਂ ਲੰਗਰ ਲੱਗੇ ਨੇ ਬਹੁਤ ਲੰਗਰ ਲੱਗੇ ਨੇ ਦੁੱਧ ਵੀ ਆਉਂਦਾ ਖੁੱਲਾ ਪਾਣੀ ਵੀ ਵਰਤਦਾ ਜਲੇਬੀਆਂ ਵੀ ਚੱਲਦੀਆਂ ਜਿੱਥੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋ ਜੇ ਉੱਥੇ ਲੰਗਰ ਦਾ ਕਾਟਾ ਨਹੀਂ ਰਹਿੰਦਾ ਪਰ ਇੱਥੋਂ ਇਹ ਸਟੇਜ ਤੋਂ ਮੈਂ ਇੱਕ ਗੱਲ ਕਹਿਣਾ ਲੰਗਰ ਲੱਖ ਲਾਓ ਲੰਗਰ ਦੁੱਧ ਛੱਡ ਕੇ ਖਲਾਬ ਜਾਮਣਾ ਦੇ ਰਸਗੁੱਲਿਆਂ ਦੇ ਲਾਓ ਮੋਰਚਿਆਂ ਤੇ ਪਰ ਜਿਵੇਂ ਸਾਡਾ ਲੰਗਰ ਲੱਗਿਆ ਦੇਖਿਓ ਇੱਕ ਪਾਸੇ ਲੰਗਰ ਚੱਲਦਾ ਇੱਕ ਪਾਸੇ ਤੇਗਾਂ ਦੀ ਤਿਆਰੀ ਵੀ ਚੱਲਦੀ ਆ ਜੇ ਕੱਲ ਨੂੰ ਕੋਈ ਚੜ ਕੇ ਆਉਤਾ ਅਸੀਂ ਜਾਣਦੇ ਆ ਪਤਾ ਲੱਗਣਾ ਚਾਹੀਦਾ ਜੇ ਸਾਨੂੰ ਪਹਿਲੇ ਪਾਸ਼ਾ ਨੇ ਲੰਗਰ ਸਨੋ ਚਲਾਉਣੇ ਦੱਸਿਆ ਤਾ ਦਸਮ ਪਾਤਸ਼ਾਹਾਂ ਨੇ ਸਾਨੂੰ ਤੇਗਾ ਚਲਾਉਣੀਆਂ ਦੱਸੀਆਂ ਇਤਿਹਾਸ ਨਾ ਭੁੱਲਿਆ ਕਰੋ ਜੇ ਇਤਿਹਾਸ ਤੋਂ ਨਾ ਮੁੜਕਰ ਹੋ ਕੇ ਕਈਆਂ ਮਗਰ ਲਾ ਕੇ ਆਪਦੇ ਇਤਿਹਾਸ ਭੁੱਲਣਾ ਅਸੀਂ ਪਹਿ ਨੀ ਕਰਦੇ ਹਮੇਸ਼ਾ ਕਿਹਾ ਪਹਿ ਨਾ ਕਰੀਏ ਦੂਰ ਨਾ ਜਰੀਏ ਚੜ ਕੇ ਆਊਗਾ ਤਾਂ ਉਹ ਦੇਖਿਆ ਅੱਠ ਉਹਨਾਂ ਨੂੰ 8 ਫਰਵਰੀ ਨੂੰ ਕੀ ਹੋਇਆ ਇੱਥੇ ਦੇਖਿਆ ਉਹਨਾਂ ਨੇ ਬੇੰਤੀਆਂ ਤਾਂ ਇੰਨੀਆਂ ਕਰਨੀਆਂ ਇਹ ਸਾਡੀ ਮੈਂ ਇੱਕ ਚੀਜ਼ ਦੇਖਦਾ ਹੁਣਾਂ ਅਸੀਂ ਦਿੱਲੀ ਮੋਰਚੇ ਤੇ ਵੀ ਗਏ ਆ ਅਸੀਂ ਸਾਰੇ ਕਿਤੇ ਗਏ ਆ ਪਰ ਜਿਹੜੀ ਇਹ ਸਟੇਜ ਆ ਨਾ ਇਹ ਅਸੀਂ ਫੀਲ ਕਰਦੇ ਆ ਸਾਡੀ ਆਜ਼ਾਦੀ ਦੀ ਸਟੇਜ ਹੈ ਅਸੀਂ ਇੱਥੇ ਖੜ ਕੇ ੜ ਕੇ ਕੌਮ ਦੀਆਂ ਗੱਲਾਂ ਕਰ ਸਕਦੇ ਆ ਸਾਨੂੰ ਅੱਜ ਤੱਕ ਕੋਈ ਸਟੇਜ ਹੀ ਨਹੀਂ ਮਿਲੀ ਸੀ ਕੌਮ ਦੀਆਂ ਗੱਲਾਂ ਕਰਨ ਨੂੰ ਚਾਹੇ ਬਾਦਨਾ ਦੀ ਸਟੇਜ ਤੇ ਜਾ ਬੜੀਏ ਚਾਹੇ ਕਿਸੇ ਪਾਰਟੀ ਦੀ ਸਟੇਜ ਤੇ ਜਾ ਬੜੀਏ ਗੱਲ ਕਹਿ ਸਕਦੇ ਆ ਇਹ ਸਾਡੇ ਬਾਪੂ ਜਥੇਦਾਰ ਜਖਤਾਰ ਸਿੰਘ ਹਵਾਰੇ ਦੀ ਸਟੇਜ ਐ ਇੱਥੋਂ ਸਦਾ ਉਹ ਗੱਲਾਂ ਹੋਣਗੀਆਂ ਜੋ ਸਾਡੇ ਬਾਪੂ ਨੇ ਸਾਨੂੰ ਸਿਖਾਈਆਂ ਨੇ ਜੇ ਗੱਲ ਕਰੀਏ ਪ੍ਰਾਪਤੀਆਂ ਦੀ ਇਹ ਮੋਰਚੇ ਤੋਂ ਆਪਾਂ ਪ੍ਰਾਪਤ ਕੀ ਕੀ ਕਰਨਾ ਮੋਰਚੇ ਤਾਂ ਬਹੁਤ ਲੱਗਿਆ ਪੈਸੇ ਬਹੁਤ ਇਕੱਠੇ ਹੋਏ ਆ ਠੰਡ ਬਹੁਤ ਆਉਂਦਾ ਕੋਈ ਘਾਟ ਹੀ ਨਹੀਂ ਪਤਾ ਨਹੀਂ ਕਿੰਨਾ ਕਰਬਾਂ ਖਰਬਾਂ ਪਿਆ ਦਿੱਲੀ ਅਸੀਂ ਡਾਇਆ ਆਂ ਸਾਬ ਹੀ ਨਹੀਂ ਸਾਨੂੰ ਕੋਈ ਉਹ ਰੁਪਿਆ ਡਾਇਆ ਪ੍ਰਾਪਤੀ ਚੜੋ ਕੁਝ ਪਰਸੈਂਟ ਅਸੀਂ ਮੰਨ ਲੈਨੇ ਆ ਸਾਡੀ ਹੋਈ ਆ ਸਾਡੀ ਪ੍ਰਾਪਤੀ ਕੀ ਹੋਈ ਸਾਡਾ ਭਰਾ ਦੀਪ ਸਿੱਧੂ ਆਇਆ ਸਾਡਾ ਖੂਨ ਜਿਹੜਾ ਚੱਟਾ ਸੀ ਉਹਨੇ ਥੋੜਾ ਜਿਹਾ ਲਾਲ ਕਰਤਾ ਸਾਡਾ ਲਾਲ ਹੋ ਗਿਆ ਖੂਨ ਸਾਡੇ ਚਣਕ ਵੜ ਗਈ ਕੌਮ ਦੀ ਚਣਕ ਤੇ ਧਰਮ ਦੀ ਜਣਕ ਸਾਡੇ ਵਰਗੇ ਨੌਜਵਾਨਾਂ ਦੇ ਦਿਲਾਂ 'ਚ ਜਗ ਪਈ ਜਦੋਂ ਉਹ ਚਣਕ ਸਾਡੇ ਦਿਲਾਂ 'ਚ ਜਗੀ ਤਾ ਅੱਜ ਅਸੀਂ ਨੌਜਵਾਨ ਇੱਥੇ ਪਹੁੰਚੇ ਨੌਜਵਾਨ ਧਰਮ ਦੀ ਗੱਲ ਕਰੀ ਬਾਈ ਦੇ ਸੰਸਕਾਰ ਤੇ ਖੜ ਕੇ ਗਾਤਰੇ ਪਵਾਉਣ ਦੀ ਗੱਲ ਕਰੀ ਉਹ ਗਾਤਰੇ ਵੀ ਅਸੀਂ ਮਹਾਰਾਜ ਕਿਰਪਾ ਕਰਨ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਆ ਉਹ ਜਲਦੀ ਛਕ ਲਾਂਗੇ ਤੇ ਰਹੀ ਗੱਲ ਇੱਕ ਹੋਰ ਮੈਂ ਬੇਨਤੀ ਇੱਥੋਂ ਕਰਨੀਆਂ ਉਹ ਬੇਨਤੀ ਬਹੁਤ ਜ਼ਰੂਰੀ ਆ ਆਪਣੇ ਪੁਰਾਣੇ ਸਮੇਂ 'ਚ ਝਾਕ ਕੇ ਝਾਤੀ ਮਾਰੋ ਆਪਣੇ ਬਜ਼ੁਰਗਾਂ ਦੇ ਜਾਂ ਆਪਣੇ ਪਿਉਆਂ ਕੰਨੀ ਦੇਖਿਓ ਉਹ ਜਾ ਤਾਂ 3-3 ਜਾਂ 4-4 ਭਾਈ ਹੋਣਗੇ 5-5 7-7 ਭਾਈ ਹੋਣਗੇ ਚੀਨ 'ਚ ਜਾ ਕੇ ਦੇਖ ਲਿਓ ਪਤਾ ਨਹੀਂ ਉਹਨਾਂ ਦੇ ਕਿੰਨੇ ਕੰਦੇ ਆ ਉਹਨਾਂ ਦੀ ਜਨਰੇਸ਼ਨ ਦੇਖਿਓ ਕਿੱਥੇ ਪਹੁੰਚੀ ਹੋਈ ਆ ਕਿੰਨਾ ਡਿਵੈਲਪਮੈਂਟ ਆ ਉੱਚ ਯੂਪੀ ਬਿਹਾਰ 'ਚ ਜਾ ਕੇ ਦੇਖ ਲਿਓ ਭਈਆਂ 'ਚ ਕਿੰਨਾ ਡਿਵੈਲਪਮੈਂਟ ਆ 8-8 ਜਵਾਕ ਨੇ ਇੱਕ ਭਈਏ ਦੇ ਤੇ ਮੇਰੇ ਪੰਜਾਬ ਚ ਆ ਕੇ ਦੇਖ ਲਿਓ ਇੱਕ ਮੁੰਡਾ ਇੱਕੋ ਹੀ ਕੈਨੇਡਾ ਚ